ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲੇਰ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ ਜੀ ਇਸ ਪਿੰਡ ਨੂੰ, ਅਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਣਾ ਦਾ। ਅੱਜ ਜਿਹੜੀ ਵੀਡੀਓ ਦੋਸਤੋ ਆਪਾਂ 3 ਫਰਵਰੀ ਨੂੰ ਬਣਾ ਰਹੇ ਹਾਂ, ਅਤੇ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ, ਬਿਲਕੁਲ ਜਿਹੜਾ ਦੋਸਤੋ ਸਮਾਂ ਜਿਹੜਾ 5:30 ਵਜੇ ਦਾ ਹੈਗਾ ਸ਼ਾਮ ਦਾ। ਅਤੇ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਜਿਹੜੇ ਟੋਟਲ ਆ 6 ਮੱਝਾਂ ਦਿਖਾਉਣੀਆਂ ਨੇ, ਮੱਝਾਂ ਝੋਟੀਆਂ ਹੋਣਗੀਆਂ ਪ੍ਰੋਪਰ, ਅਤੇ 4 ਸੂਈਆਂ ਸਵਾਈਆਂ ਹੋਣਗੀਆਂ, ਅਤੇ 2 ਬਿਲਕੁਲ ਤਿਆਰੀ ਦੇ ਵਿੱਚ ਨੇ, ਢੁੱਕੀਆਂ ਨੇ। ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਲਵਾਂਗੇ। ਗੁਰਮੁਖ ਭੈਣੀ ਬਿਲਕੁਲ ਜਿਹੜਾ ਪਿੰਡ ਦੋਸਤੋ ਨਾਲ ਹੈਗਾ, ਅਤੇ ਬੂੜਚੰਦ ਤੋਂ ਵੀ ਤੁਸੀਂ ਜਿਹੜੀ ਵਿਜ਼ਿਟ ਕਰ ਸਕਦੇ ਹੋ। ਦਿਆਲਪੁਰਾ ਬਿਲਕੁਲ ਨਜ਼ਦੀਕ ਆ, ਭਿੱਖੀ ਮਿੰਟ ਦੀ ਦੂਰੀ ਤਕਰੀਬਨ ਕੋਈ 4-5 ਕਿਲੋਮੀਟਰ ਦੀ ਹੋਵੇਗੀ, 4 ਕਿਲੋਮੀਟਰ ਦੀ ਹੈ ਜੀ, ਠੀਕ ਆ। ਬਾਕੀ ਕਮਾਲਪੁਰਾ, ਸ਼ਿਵਾਜਪੁਰ, ਠੀਕ ਹੈ ਜੀ, ਗਲਾਲੀਪੁਰ, ਬਿਲਕੁਲ ਜਿਹੜੇ ਆ ਨਾਲ ਲੱਗਦੇ ਪਿੰਡ ਨੇ। ਅਤੇ ਖਾਸ ਵਿਜ਼ਿਟ ਜਿਹੜੀ ਹੈਗੀ ਆ ਤੁਹਾਨੂੰ ਪਿੰਡ ਬਲੇਅਰ ਕਰਨੀ ਪੈਣੀ ਆ। ਅਤੇ ਐਨੀਮਲ ਜਿਹੜੇ ਹੈਗੇ ਦੋਸਤੋ, ਬਿਲਕੁਲ ਮੱਝਾਂ ਜਿੰਨੀਆਂ ਸੂਈਆਂ ਹੈਗੀਆਂ ਨੇ, ਪ੍ਰੋਪਰ ਇਨਫੋਰਮੇਸ਼ਨ ਕੀ ਥੱਲੇ ਬੱਚੇ ਆ, ਕੀ ਹੁਣ ਬਿਲਕੁਲ ਜਿਹੜਾ ਬੌਲੇ ਦੇ ਵਿੱਚ ਜਾਂ ਮਿਲਕ ਦੇ ਵਿੱਚ ਕੀ ਰਿਕਾਰਡ ਚੱਲ ਰਿਹਾ, ਉਹ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਚੱਲਦੇ ਹਾਂ ਵਧੇਰੇ ਡਿਟੇਲ ਦੇ ਲਈ ਵੀਰ ਦੇ ਨਾਲ ਕਰ ਲੈਂਦੇ ਹਾਂ ਗੱਲਬਾਤ। ਆ ਜਾਓ ਵੀਰ ਜੀ ਸਾਹਮਣੇ। ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵਧੀਆ, ਠੀਕ ਆ। ਅਤੇ ਇੱਕ ਵੀਰ ਆਪਣੇ ਜਿਹੜੇ ਭੈਣ ਭਰਾ ਵੀਰ ਨੇ, ਉਹਨਾਂ ਨੂੰ ਆਪਣਾ ਨਾਮ ਵੀ ਜ਼ਰੂਰ ਦੱਸ ਦਿਓ। ਮੇਰਾ ਨਾਮ ਹੈਗਾ ਜੋਬਨਜੀਤ ਸਿੰਘ, ਪਿੰਡ ਬਲੇਅਰ, ਜ਼ਿਲ੍ਹਾ ਤਰਸਾਨ, ਤਹਿਸੀਲ ਪੱਟੀ। ਠੀਕ ਆ ਜੋਬਨ ਬਾਈ, ਜਿਹੜਾ ਦਿਆਲਪੁਰੇ ਦੀ ਵੀ ਦੂਰੀ ਕੋਈ 3 ਕਿਲੋਮੀਟਰ ਦੀ ਹੋਵੇਗੀ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ, ਅਤੇ ਆਪਣਾ ਹੈ ਪਸ਼ੂ ਵਪਾਰ ਦਾ ਕੰਮ, ਠੀਕ ਆ। ਅਤੇ ਵੀਰ ਕਿੰਨੇ ਕੁ ਟਾਈਮ ਤੋਂ ਆਪਾਂ ਵੈਸੇ ਵਪਾਰ ਦਾ ਕੰਮ ਕਰਦੇ ਆ ਰਹੇ ਹਾਂ ਜੀ? ਇਹ ਮੋਡਲਾਂ ਤੋਂ ਹੀ ਕੰਮ ਚੱਲਦਾ ਹੁੰਦਾ ਜੀ, ਹੈ ਨਾ, ਪੀੜ੍ਹੀ ਦਰ ਪੀੜ੍ਹੀ ਪਹਿਲਾਂ ਦਾਦੇ ਪੜਦਾਦਿਆਂ ਤੋਂ ਚੱਲਦਾ ਰਿਹਾ। ਹਾਂਜੀ ਹਾਂਜੀ ਜੀ, ਠੀਕ ਆ। ਅਤੇ ਅੱਜ ਮੈਂ ਜਿੱਦਾਂ ਵੀਰ ਦੀ ਜ਼ਿਕਰ ਕਰਤਾ ਵੀ ਤਕਰੀਬਨ ਆਪਣੇ ਕੋਲ 6 ਨਾਗਾ, ਹਾਂਜੀ, ਅਤੇ 4 ਮੱਝਾਂ ਸੂਈਆਂ ਨੇ, ਹਾਂਜੀ, ਅਤੇ 2 ਬਿਲਕੁਲ ਅੱਗੇ ਤਿਆਰੀ ਦੇ ਵਿੱਚ ਗੱਭਣ ਨੇ, ਠੀਕ ਆ। ਅਤੇ ਪਹਿਲੇ ਨੰਬਰ ਵਾਲੀ ਵੀਰ ਜੀ ਆਪਣੇ ਕੋਲ ਨੀਲੀ ਰਾਵੀ ਦੀ ਜਿਹੜੀ ਆ ਮੱਝ ਹੈਗੀ ਆ, ਇਹ ਤੋਂ ਆਪਾਂ ਸਟਾਰਟ ਕਰ ਲੈਂਦੇ ਹਾਂ। ਅਤੇ ਪਾਈਏ ਚਰਣਾ ਵੀਰ ਜੀ, ਇਹ ਕਿੰਨਵਾਂ ਸੂਆ ਸੂਈ ਹੈ ਅਤੇ ਕਿੰਨੇ ਦਿਨਾਂ ਦੀ ਸੂਈ ਹੈ ਜੀ? ਇਹ ਵੀਰ ਜੀ ਦੂਜਾ ਸੂਆ ਸੂਈ ਹੈ ਜੀ। ਹਾਂਜੀ, ਇਹ ਕੱਲ੍ਹ ਦੀ ਮੈਂ ਸੂਈ ਹੈ ਜੀ। ਠੀਕ ਆ ਜੀ, ਹਾਂਜੀ ਵੀਰ ਜੀ, ਸੂਆ ਦੂਜਾ ਕੱਟੀ ਆ ਜੀ। ਠੀਕ ਆ, ਹਾਂ ਜੀ, ਠੀਕ ਆ। ਬੱਚਾ ਨੀਚੇ ਜਿਹੜਾ ਦੋਸਤੋ ਕੱਟੀ ਆ, ਠੀਕ ਆ, ਅਤੇ ਕੱਲ੍ਹ ਦੀ ਸੂਈ ਆ, ਬਿਲਕੁਲ ਨਾੜੂ ਜਿਹੜਾ ਬੱਚੇ ਦੇ ਨਾਲ ਤੁਸੀਂ ਵੇਖ ਸਕਦੇ ਹੋ, ਦੇਖੋ ਜੀ, ਠੀਕ ਆ। ਆਹ ਚੈੱਕ ਕਰੋ, ਕੱਟੀ ਜਿਹੜੀ ਫੀਮੇਲ ਕਾਫ ਇਸ ਦੇ ਨੀਚੇ ਆ, ਅਤੇ ਆਪ ਜਿਹੜੀ ਆ ਦੋਸਤੋ ਨੀਲੀ ਰਾਵੀ ਦੇ ਵਿੱਚ ਆ, ਅਤੇ ਸੈਕਿੰਡ ਟਾਈਮ ਰਹਿਣਾ ਦੂਜਾ ਸੂਗਾ, ਠੀਕ ਆ। ਸੋ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜਿਹੜੀ ਆ ਥਣਾਂ ਦੀ ਆ ਜ਼ਰੂਰ ਚੈੱਕ ਕਰੋ, ਠੀਕ ਆ। ਅਤੇ ਬੌਲੇ ਦੇ ਵਿੱਚ ਫਿਰ ਵੀਰ ਜੀ ਚਵਾਈ ਕੀਤੀ ਸੀ ਬੌਲਾ, ਤਕਰੀਬਨ ਕਿੰਨਾ ਕੁ ਸੀਗਾ 2 ਡੰਗ ਦਾ ਹੁਣ? ਹਾਂਜੀ ਵੀਰ ਜੀ, ਇਹ ਥੱਲੇ ਬੌਲਾ ਹੈਗਾ ਇਹ 7-8 ਲੀਟਰ। ਠੀਕ ਆ ਜੀ, ਹਾਂਜੀ ਵੀਰ, ਠੀਕ ਆ। ਅਤੇ ਇਹਨੂੰ ਵੀਰ ਜੀ ਖੋਲ੍ਹ ਕੇ ਦਿਖਾਈਏ। ਹਾਂਜੀ ਵੀਰ ਜੀ, ਹਾਂ। ਸੋ ਨੀਲੀ ਰਾਵੀ ਦੇ ਵਿੱਚ ਜਿਹੜੀ ਦੋਸਤੋ ਇਹ ਝੋਟੀ ਆ, ਤਕਰੀਬਨ ਪੈਰਾਂ 'ਤੇ ਮਾਰਕਿੰਗ ਜਿਹੜੀ ਹੈਗੀ ਆ ਬਿਲਕੁਲ ਧਰਤੀ ਨਾਲ ਟੱਚ ਕਰਦੀ, ਲੌਂਗ ਪੂਛ ਤੁਸੀਂ ਵੇਖ ਸਕਦੇ ਹੋ, ਹਾਫ ਤੋਂ ਜਿਹੜੀ ਉੱਪਰ ਤੱਕ ਵਾਈਟ ਆ। ਅਤੇ ਅਗਲੇ ਪੈਰਾਂ 'ਤੇ ਵੀ ਜਿਹੜਾ ਜਵਾਬ ਦੋਸਤੋ ਹੈਗਾ, ਹਵਾਨਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ ਜੀ, ਠੀਕ ਆ। ਬਾਕੀ ਵੀਰ ਜੀ ਚੋਣ ਚਾਣ ਬੜੀ ਪੋਲੀ ਜੀ, ਠੀਕ ਹੈ ਜੀ, ਠੀਕ ਆ। ਅਤੇ ਬਿਲਕੁਲ ਬਿੱਲੀ ਮਣਕੀ ਆਖਾ ਦੋਸਤੋ, ਠੀਕ ਆ। ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਨੀਲੀ ਰਾਵੀ ਦੇ ਵਿੱਚ ਮੱਝ ਖਰੀਦਣ ਦੀ, ਅਤੇ ਤੁਸੀਂ ਜਿਹੜੀ ਆਹ ਵੀਰ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ, ਮੱਝ ਚੰਗੀ ਓਵਰਆਲ। ਅਤੇ ਥਣਾ ਥੁਣਾ ਦੀ ਆਪਾਂ ਬਾਕੀ ਚਵਾਈ 'ਚ ਵੀ ਪੁੱਛ ਲਾਂਗੇ, ਠੀਕ ਆ, ਕਿਹੋ ਜਿਹੀ ਜਿਹੜੀ ਚਵਾਈ ਲੱਗੀ ਹੈਗੀ ਇਸ ਨੂੰ। ਭਾਈ ਜੋਬਨ, ਚਵਾਈ ਤੁਸੀਂ ਆਪਦੇ ਹੱਥੀਂ ਕੀਤੀ ਹੈ, ਕਿਵੇਂ ਥਣਾ ਦੀ ਕਿਵੇਂ ਆ ਜੀ? ਚੋਣ ਸਭ ਐਂ ਓਕੇ ਵੀਰ ਜੀ,
ਚੋਣ ਤੋਂ ਮਾੜੀ ਨਾ ਹੋਊਗੀ, ਨਾ ਕੋਈ ਭੂਰ ਨਾ ਕੋਈ ਛੱਟਾਂ ਮਾਰਦੀ, ਇਸ ਗੱਲ ਦੀ ਜ਼ਿੰਮੇਵਾਰੀ ਆਪਣੀ ਹੋਊਗੀ ਜੀ। ਠੀਕ ਹੈ ਜੀ, ਮਤਲਬ ਕਿ ਬਿਲਕੁਲ ਮੋਟੀ ਧਾਰ ਚੰਗੀ ਹੈ ਨਾ ਜੀ, ਚੰਗਾ ਸੋਹਣਾ ਲੱਗਾ, ਜਿੱਡਾ ਮੋਟਾ ਥਣ ਓਡੀ ਮੋਟੀ ਧਾਰ ਹੋਊਗਾ। ਠੀਕ ਹੈ ਜੀ। ਸੋ ਦੋਸਤੋ, ਚਵਾਈ ਵੱਲੋਂ ਵੀਰਾਂ ਦਾ ਵੀ ਕਿਸੇ ਗੱਲੋਂ ਵੀ ਕੋਈ ਸ਼ੰਕਾ ਕਿੰਤੂ ਪਰੰਤੂ ਨਹੀਂ ਹੈਗੀ, ਚਵਾਈ ਚੰਗੀ ਲੱਗੀ ਅੱਗੇ ਹੈ ਨਾ, ਡੇਢ ਕਿਲੋ। ਹਾਂਜੀ ਠੀਕ ਆ, ਨਾਲੇ ਹਜੇ ਬੌਲੇ ਦੇ ਵਿੱਚ ਆ ਦੁੱਧ ਨੋਰਮਲ, ਜੇਕਰ ਫਿਰ ਹਜੇ ਪੱਠੇ ਪੁੱਠੇ ਪਸ਼ੂ ਤਾਜ਼ਾ ਸੂਨ ਕਰਕੇ ਆ, ਤੇ 11-12 ਪੁੱਠੇ ਪੂਰੇ ਚੁੱਕ ਦੀਏ, ਥੋੜਾ ਜਿਹਾ ਸਵੇਰੇ ਟੈਂਪਰੇਚਰ ਥੋੜਾ ਜਿਹਾ ਨੋਰਮਲ ਜਿਹਾ ਡਾਊਨ ਹੋ ਗਿਆ ਸੀ। ਹਾਂਜੀ ਹਾਂਜੀ, ਬਾਕੀ ਟੀਕੇ ਟੂਕੇ ਲਾਏ ਕੋਈ ਗੱਲ ਨਹੀਂ, ਬਾਕੀ ਠੀਕ ਆ ਹੁਣ। ਚਲੋ, ਠੰਡ ਠੁੰਡ ਦਾ ਕੋਈ ਸੌ ਫਰਕ ਪੈ ਜਾਂਦਾ ਜੀ। ਠੀਕ ਆ, ਤੇ ਇਸ ਤੋਂ ਬਾਈ ਜੋਬਨ ਬਾਈ ਅਗਲੇ ਬੰਨੇ ਜਿਹੜੇ ਦੂਜੇ ਨੰਬਰ ਤੇ ਆਪਣੇ ਕੋਲ ਮੱਝ ਆ, ਇਸ ਦੀ ਵੀ ਡਿਟੇਲ ਦੱਸੋ, ਕਿਨਵਾਂ ਸੂਆ ਸੂਈ ਆ ਵੀਰ, ਤੇ ਕੀ ਹੁਣ ਮੌਜੂਦਾ ਥੱਲੇ ਕੀ ਦੁੱਧ ਤਿਆਰ ਰਹਿੰਦੇ? ਇਹ ਦੂਜਾ ਸੂਆ ਸੂਈ ਆ ਜੀ। ਹਾਂਜੀ, ਇਹ ਬੂਛੀ ਤੇ ਮਿਲਦੀ ਆ, ਕੱਟੀ ਆ ਦੀ ਮਰ ਗਈ ਸੀ ਜੀ। ਕਿੰਨੇ ਸਮੇਂ ਇਹਨੂੰ ਹੋ ਗਿਆ? ਹੋ ਗਿਆ ਤਕਰੀਬਨ ਮਹੀਨਾ ਹੋ ਗਿਆ। ਮਹੀਨਾ ਕੁ ਹੋ ਗਿਆ। ਹਾਂਜੀ, ਤੇ ਸੂਆ ਦੂਜਾ ਜੀ? ਹਾਂਜੀ, ਦੂਜਾ ਸੂਆ ਜੀ, ਵੇਖੋ ਰਿੰਗ ਸਿੰਗ ਆ ਬਿਲਕੁਲ ਗੋਲ। ਆਲਾ ਕਰੋ ਦੋਸਤੋ ਚੈੱਕ, ਠੀਕ ਹੈ ਜੀ, ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਦੇਖੋ, ਬਿੱਲੀ ਮਣ ਕੀ ਆਖਾ। ਤੇ ਇੱਕ ਮਹੀਨਾ ਵੀਰਾਂ ਦਾ ਵੀ ਜਿਹੜਾ ਸੂਈ ਨੂੰ ਜਿਹੜਾ ਸਮਾਂ ਹੋ ਗਿਆ ਇੱਕ ਮਹੀਨਾ, ਤੇ ਬੱਚਾ ਇਸਦਾ ਜਿਹੜਾ ਮਰ ਗਿਆ ਸੀਗਾ, ਤੇ ਬੂਛੀ ਤੇ ਮਿਲਦੀ ਆ। ਠੀਕ ਹੈ ਜੀ, ਇੱਕ ਆਰਟੀਫਿਸ਼ੀਅਲ ਜਿਹੜੀ ਆ ਉਹ ਵੀਰ ਉਹਨਾਂ ਨੇ ਰੱਖੀ ਆ, ਬੂਛੀ ਬਣਾਈ ਹੋਈ ਆ, ਤੇ ਉਹਦੇ ਤੇ ਮਿਲਦੀ ਆ। ਤੇ ਫਿਲਹਾਲ ਅੱਗੇ ਪਹਾੜਾ ਵੰਡਾ ਵੀ ਪਾ ਦਿੰਦੇ ਹੋਣਗੇ? ਨਹੀਂ ਜੀ, ਕੁਛ ਨਹੀਂ, ਲੋੜ ਹੀ ਨਹੀਂ, ਬਸ ਉਹਨੂੰ ਗਾੜੀ ਰੱਖ ਕੇ ਤੇ ਉਹਦੇ ਤੇ ਧਾਰ ਮਾਰ ਦੇ ਜੀ, ਬਸ ਉਹਨੂੰ ਚੱਟ ਕੇ ਤੇ ਮਿਲ ਪੈਸੂ ਪੈਂਦੀ ਆ ਜੀ, ਕੋਈ ਵੰਡ ਵੁੰਡ ਦੀ ਕੋਈ ਟੀਕੇ ਦੀ ਲੋੜ ਨਹੀਂ ਵੀਰ ਜੀ। ਠੀਕ ਆ, ਦੋਨੋਂ ਟਾਈਮ ਵੀਰ ਜੀ, ਹੁਣ ਕਿੰਨਾ ਮੌਜੂਦਾ ਹਾਜ਼ਰ ਦੁੱਧ? ਇੱਥੇ ਲਈ 8 ਕਿਲੋ ਦੁੱਧ ਹੈਗਾ ਸ਼ਾਹ ਜੀ, ਪੱਕਾ ਹੈ। 8 ਕਿਲੋ? ਹਾਂਜੀ ਵੀਰ ਜੀ। ਠੀਕ ਆ, 8 ਕਿਲੋ ਜਿਹੜਾ ਦੋਸਤੋ ਬਿਲਕੁਲ ਹੁਣ ਮੌਜੂਦਾ ਦੁੱਧ ਆ। ਠੀਕ ਆ ਜੀ, ਇੱਕ ਮਹੀਨਾ ਹੋ ਗਿਆ ਸੂਈ ਨੂੰ, ਤੇ ਦੂਜਾ ਸੂਆ ਤੇ ਬੂਛੀ ਤੇ ਮਿਲਦੀ ਆ। ਅੱਗੇ ਬੇਸ਼ੱਕ ਤੁਸੀਂ ਉਹ ਰੱਖ ਸਕਦੇ ਹੋ, ਤੇ ਉਸ ਤੋਂ ਬਾਅਦ ਜਿਹੜੀ ਆ ਬਿਲਕੁਲ ਨੀਚੇ ਬਹਿ ਕੇ ਪਸਮਾ ਕਰ ਸਕਦੇ ਹੋ। ਠੀਕ ਆ ਜੀ, ਇਹਨੂੰ ਵੀਰ ਜੀ ਖੋਲ ਕੇ ਬਾਹਰ ਕੱਢ ਕੇ ਦਿਖਾਈਏ। ਠੀਕ ਆ, ਤੇ ਮੱਝਾਂ ਦੋਸਤੋ ਬਿਲਕੁਲ ਜਿਹੜੀਆਂ ਤਿਆਰ ਬਰ ਤਿਆਰ ਨੇ, 4 ਪਸ਼ੂ ਆ ਬਿਲਕੁਲ ਸੁਏ ਸਵਾਏ ਆ। ਐਨੀਮਲ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ, ਤੁਸੀਂ ਖਾਸ ਤੌਰ 'ਤੇ ਉਸ ਨੰਬਰ ਦੇ ਬਾਰੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਕੇ ਜਿਹੜਾ ਗੱਲਬਾਤ ਕਰ ਸਕਦੇ ਜੀ, ਰੇਟ ਭਾਅ ਬਾਜ਼ਾਰ ਦੀ। ਠੀਕ ਆ ਜੀ, ਠੀਕ ਆ, ਬਿਲਕੁਲ ਪੱਧਰ ਜਿਹੜਾ ਲੇਵਾ ਹੈਗਾ। ਤੇ ਚਵਾਈ ਫਿਰ ਵੀ ਸੁਬਾ ਕਿੰਨੇ ਤੋਂ ਕਿੰਨੇ ਕਰਦੇ ਪਏ? ਚਵਾਈ 6:30 ਦੀ ਜੀ। ਬਾਕੀ ਇਹ ਵੀ ਚੋਣ ਚਾਣ ਵੀ ਜੀ ਪੂਰੀ ਆ ਪੱਕੀ, ਜੇ ਵੀ ਕੋਈ ਧੂੜ ਵੀ ਕੋਈ ਚੱਕਾ ਨਹੀਂ ਮਾਰਦੀ ਜੀ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਚਵਾਈ ਸਾਰੀਆਂ ਮੈਂ ਪੱਕੀਆਂ, ਕੋਈ ਨਾ ਗਲਤ ਹੋ ਗਈ ਜੀ। ਠੀਕ ਆ, ਤੇ ਚਵਾਈ ਜਿਹੜੀ ਆ ਦੋਸਤੋ ਵੀਰਾਂ ਦਾ ਵੀ ਮੇਰੇ ਵੱਲੋਂ ਪੂਰੀ ਤਸੱਲੀ ਆ, ਕਿਉਂਕਿ ਵਪਾਰ ਦੇ ਵਿੱਚ ਜਿੱਥੋਂ ਵੀ ਵੀਰ ਵਪਾਰ ਕਰਦੇ ਆ, ਆਪਦੀ ਤਸੱਲੀ ਜਿਹੜੀ ਹੈਗੀ ਆ ਬੈਸਟ ਤੋਂ ਬੈਸਟ ਕਰਕੇ ਲੈ ਕੇ ਆਉਂਦੇ, ਅੱਗੇ ਤੁਸੀਂ ਵੀ ਤਸੱਲੀ ਆਪਣੀ ਜ਼ਰੂਰ ਕਰਕੇ ਲੈ ਕੇ ਜਾ ਸਕਦੇ ਹੋ। ਅੱਛਾ ਬਾਈ, ਜੋ ਆਪਣੇ ਇੱਕ ਤਾਂ ਇਹਦਾ ਵੀ ਮੁੱਲ ਰਹਿ ਗਿਆ ਸੀਗੇ ਵੀਰ, ਇਹਦਾ ਵੀ ਦੱਸਦੇ ਮੁੱਲ ਵੀ ਕਿੰਨੇ ਕੁ ਦੀ ਦੇ ਲੈ ਦੇਣੀ ਹੈ ਤੇ ਡਿਮਾਂਡ ਕਿੰਨੀ ਕੁ ਹੈ? ਇਹਦੀ ਵੀ ਜੀ 73,000 ਦੀ ਮੈਂ ਦੇ ਦਿਆਂਗਾ। 73,000 ਦੀ? ਹਾਂਜੀ ਵੀਰ। ਠੀਕ ਆ, 73,000 ਦੇ ਵਿੱਚੋਂ ਵੀ ਥੋੜਾ ਬਾਤਾ ਕੋਈ ਹੋ ਜਾਊਗਾ ਮੌਕੇ ਦੇ ਘਰ ਪਹੁੰਚਿਆ? ਹਾਂਜੀ, ਛੋਟ ਛਾੜ ਹੀ ਹੋਊਗਾ, ਜ਼ਿਆਦਾ ਨਹੀਂ ਹੋਊਗਾ, ਜੇ ਕੋਈ 5-7,000 ਦਾ ਫਰਕ ਹੋਣਾ ਵੀਰ ਹੋਵੇ, ਬਸ ਛੋਟ ਛਾੜ ਜੋਗੇ ਹੀ ਹੋਣਗੇ ਵੀਰ। ਛੋਟ ਛਾੜ ਜੀ ਹੋ ਜਾਊਗੀ। ਹਾਂਜੀ। ਤੇ ਜਿਹੜੀ ਹੁਣ ਸੈਕਿੰਡ ਨੰਬਰ ਤੇ ਵੀ ਜੀ ਇੱਕ ਮਹੀਨੇ ਦੀ ਆੜੀ 8 ਕਿਲੋ ਹੁਣ ਬਿਲਕੁਲ ਨੈਟ ਜਿੰਦੇ ਥੱਲੇ ਤਿਆਰ ਆ, ਇਹ ਵੀ ਜੀ 53,000 ਦੀ ਦੇ ਦਿਆਂਗੇ। 53,000 ਦੀ? ਹਾਂਜੀ ਵੀਰ। ਠੀਕ ਆ, ਬਾਕੀ ਚਵਾਈ ਚ ਵੀ ਸੋਹਣੀ ਲੱਗੀ ਇਹਨੂੰ? ਚਵਾਈ ਮੈਂ ਨਾ ਵੀਰ ਜੀ ਕੋਈ ਗਲਤ ਨਾ ਹੋਊਗੀ ਕਿਸੇ ਦੇ, ਓਕੇ ਨੰਬਰ ਹੋ ਗਿਆ ਸਾਰੇ ਚਵਾਈ। ਠੀਕ ਆ, 53,000 ਦੀ ਜਿਹੜੀ ਆ ਦੋਸਤੋ ਦੂਜੇ ਨੰਬਰ ਤੇ ਜਿਹੜੀ ਦਿਖਾਈ ਤੁਹਾਨੂੰ ਇਹ ਹੋ ਜਾਊਗੀ, ਪਹਿਲੇ ਨੰਬਰ ਵਾਲੀ ਆ 73,000 ਦੀ ਆ। ਠੀਕ ਆ ਜੀ, 73,000 ਦੀ ਜਿਹੜੀ ਆ ਇਹ ਹੋ ਜਾਏਗੀ ਫਾਈਨਲ। ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਮੱਝ ਵੀਰ ਜੀ, ਇਹ ਵੀ ਕੀ ਡਿਟੇਲ ਹੈਗੀ? ਇਹ ਵੀ ਸੂਈ ਹੈ ਜੀ? ਇਹ ਵੀ ਕੱਲ ਦੀ ਸੂਈ ਵੀਰ ਜੀ, ਕੱਲ ਦੀ ਬੱਚਾ ਕੱਟਾ ਜੀ।
ਠੀਕ ਹੈ। ਬੱਚਾ ਜਿਹੜਾ ਨੀਚੇ ਤੁਸੀਂ ਦੇਖ ਲਓ, ਨੀਚੇ ਜਿਹੜਾ ਮੇਲ ਕਾਫ ਆ ਜੀ, ਠੀਕ ਆ, ਨੀਚੇ ਕੱਟਾ ਅਤੇ ਕੱਲ੍ਹ ਦੀ ਸੂਈ ਆ ਬਿਲਕੁਲ ਨਾੜੂ ਬੱਚੇ ਦੇ ਨਾਲ ਹੈਗਾ, ਠੀਕ ਆ। ਅਤੇ ਸੂਆ ਵੀਰ ਕਿਨਵਾਂ ਸੀਗਾ ਜੀ? ਇਹਦਾ ਤੀਜਾ ਸੂਆ ਜੀ, ਸੂਈ ਤੀਜਾ ਹੈ ਜੀ, ਠੀਕ ਆ। ਆਹ ਦੇਖੋ ਜੀ, ਠੀਕ ਆ, ਤੀਜਾ ਸੂਆ ਅਤੇ ਬਿਲਕੁਲ ਜਿਹੜੀ ਦੋਸਤੋ ਮਧਰੀ ਡੌਲੀ ਦੀ ਆ, ਅਤੇ ਭਾਰਾ ਪਿੰਡਾਂ ਬਿਲਕੁਲ ਜਿਹੜੀ ਵਜਨ ਵਾਲੀ ਇਹ ਮੱਝ ਆ, ਅਤੇ ਬੋਡੀ ਬੂਡੀ ਵੇਟ ਜਿਹੜਾ ਦੋਸਤੋ ਪੂਰਾ ਹੈਗਾ ਮੱਝ ਦਾ, ਠੀਕ ਆ। ਹਵਾਨੇ ਵਾਲੇ ਪਾਸੇ ਵੀ ਬਿਲਕੁਲ ਸਾਫ਼ ਹਵਾਨਾ, ਇਹ ਵੀ ਚੋਣ ਬਿਲਕੁਲ ਵੀ ਜੀ ਪੱਕੀ ਜੇ, ਠੀਕ ਆ, ਇਹ ਵੀ ਕੋਈ ਭੂਰ ਨਹੀਂ, ਕੋਈ ਛੱਕਾ ਨਹੀਂ, ਇਹ ਗੱਲ ਦੀ ਜ਼ਿੰਮੇਵਾਰੀ ਆਪਣੀ ਹੋ ਗਈ ਵੀ ਜੀ, ਠੀਕ ਆ। ਅਤੇ ਹੁਣ ਫਿਰ ਵੀਰ ਬੌਲੇ ਦੇ ਵਿੱਚ ਕਿੰਨਾ ਕੁ? ਇੱਥੇ 7 ਕਿਲੋ ਬੌਲਾ ਪੱਕਾ ਹੈਗਾ ਜੀ। 7 ਕਿਲੋ? ਹਾਂਜੀ ਵੀਰ ਜੀ, ਠੀਕ ਆ ਜੀ। 7 ਕਿਲੋ ਜਿਹੜਾ ਦੋਸਤੋ ਹੁਣ ਬਿਲਕੁਲ ਪੱਕਾ ਬੌਲਾ, ਕੱਲ੍ਹ ਦੀ ਸੂਈ ਜੀ, ਹਾਂ ਕੱਲ੍ਹ ਦੀ ਸੂਈ ਆ। ਇੱਕ ਵਾਰੀ ਜਿਹੜਾ ਬੈਕ ਸਾਈਡ ਤੋਂ ਤੁਸੀਂ ਥਣਾ ਤੋਂ ਉਹਨਾਂ ਦੀ ਵੇਖੋ, ਆਪਾਂ ਖੋਲ੍ਹ ਕੇ ਵੀਰ ਨੂੰ ਕਹਾਂਗੇ, ਤਸੱਲੀ ਨਾਲ ਦਿਖਾਊਗਾ ਤੁਹਾਨੂੰ। ਅਤੇ ਬਿਲਕੁਲ ਜਿਹੜਾ ਦੋਸਤੋ ਧੁਨ ਤੋਂ ਲੈ ਕੇ ਬੈਕ ਸਾਈਡ ਵਾਲੀ ਪਾਸੇ ਜੇ ਕਸੂਹ ਤੱਕ ਗੱਲ ਕਰੀਏ, ਤੇ ਸ਼ੇਪ ਬਣਤਰ ਜਿਹੜਾ ਸਟਰਕਚਰ ਹਵਾਨੇ ਦਾ ਬਣਦਾ ਪਿਆ, 12-13 ਕਿਲੋ ਦੀ ਮੈਂ ਸ਼ਾਇਦ ਗਰੰਟੀ ਦਿੰਦੇ ਸੀ ਪਿਛਲੇ ਘਰ ਜਿੱਥੋਂ ਲਈ ਆ ਜੀ, 12-13 ਦੀ। ਹਾਂਜੀ ਵੀਰ ਜੀ, ਠੀਕ ਆ। ਅਤੇ ਜੋ ਆਪਣਾ ਬਈ ਦਾ ਮੁੱਲ ਵੀ ਇੱਕ ਦੱਸ ਦਈਏ, ਉਸ ਤੋਂ ਬਾਅਦ ਆਪਾਂ ਖੋਲ੍ਹ ਕੇ ਦਿਖਾਈਏ ਇਹਨੂੰ। ਇਹਦਾ ਮੁੱਲ ਸ਼ਾਇਦ 70,000 ਰੁਪਏ ਪੂਰਾ। 70 ਪੂਰਾ? ਹਾਂਜੀ, ਠੀਕ ਆ ਜੀ। ਹਾਂ ਕਟੋਰੀਏ ਤਾਂ ਕੱਢੀਏ ਬਾਰੇ, 70,000 ਜਿਹੜਾ ਦੋਸਤੋ ਵੀਰਾਂ ਦਾ ਵੀ ਪੂਰਾ ਜਿਹੜਾ ਮੁੱਲ ਹੈਗਾ, ਡਿਮਾਂਡ ਹੈ ਇਸਦੀ, ਠੀਕ ਹੈ। ਬਾਕੀ ਵੇਖ ਕੇ ਚੈੱਕ ਕਰੋ, ਅਤੇ ਹੈਵੀ ਬੋਡੀ ਵੇਟ ਦੇ ਆ, ਵਿੱਚ ਹੈਗੀ ਹੈ ਪੂਰੇ ਭਾਰੇ ਪਿੰਡੇ ਦੇ ਵਿੱਚ ਪੂਰਾ ਵਜਨ ਵਾਲੀ ਹੈ ਜਿਹੜੀ ਹੈ ਦੋਸਤੋ। ਅਤੇ ਬਾਕੀ ਮਧਰੀ ਡੌਲੀ ਦੀ ਆ, ਠੀਕ ਹੈ, ਮੀਡੀਅਮ ਹਾਈਟ ਦੇ ਵਿੱਚ ਆ। ਨੋਰਮਲ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਉਹਨਾਂ ਨਾਲੋਂ ਜਿਹੜੀ ਹੈ ਦੋਸਤੋ ਇਸਦੀ ਹਾਈਟ ਆ, ਠੀਕ ਆ ਜੀ, ਅਤੇ ਮੀਡੀਅਮ ਹਾਈਟ ਦੇ ਵਿੱਚ ਆ। ਬਾਕੀ ਪੂਰੀ ਦੁੱਧ ਵਾਲੀ ਜਿਹੜੀ ਮੱਝ ਆ, ਠੀਕ ਆ, 12-13 ਲੀਟਰ ਦੀ ਵੀਰ ਹੁਣ ਜਿੱਥੋਂ ਲੈ ਕੇ ਆਉਂਦੀ ਹੈ, ਤਕਰੀਬਨ ਅਗਲੇ ਘਰ ਵਾਲਿਆਂ ਨੇ ਕਿਹਾ ਵੀ 12-13 ਲੀਟਰ ਦੀ ਜਿਹੜੀ ਆ ਮਿਲਕਿੰਗ ਇਹ ਕਰਵਾਉਂਦੀ ਰਹੀ, ਅਤੇ ਹੁਣ ਜਿਹੜਾ ਮਤਲਬ ਕਿ 8-7 ਦਰਮਿਆਨ ਜਿਹੜਾ ਬੌਲਾ ਦੋਸਤੋ ਹੁਣ ਚੱਲ ਰਿਹਾ। ਠੀਕ ਹੈ ਜੀ, ਬੜੀ ਜਿਆਦੀ ਬੋਲੀ ਜੇ, ਠੀਕ ਹੈ ਜੀ। ਤੇ ਚਵਾਈਆਂ ਤਾਂ ਫਿਰ ਸਾਰੀਆਂ ਵਧੀਆ ਚੰਗੀਆਂ ਚਵਾਈਆਂ ਲੱਗੀਆਂ ਸਾਰੀਆਂ ਜੀ। ਹਾਂਜੀ, ਚੋਣ ਜਾਣਾ ਹੈ ਬਿਲਕੁਲ। ਤੇ ਇਹ ਫਿਰ ਹੁਣ 70 ਦੀ ਹੈ ਲਾਸਟ ਜੀ? ਹਾਂਜੀ ਵੀਰ ਜੀ, ਹੋ ਜੂ ਗੁੰਜਾਇਸ਼ ਨਾ? ਹਾਂਜੀ ਵੀਰ ਜੀ, ਮਤਲਬ ਕਿ ਫਿਕਸ ਰੇਟ ਦੀ ਥੋੜਾ ਪਤਾ ਹੋ ਜੂਗਾ? ਹਾਂਜੀ, ਥੋੜਾ ਬੜਾ। ਜੇਕਰ ਕੋਈ ਭੈਣ ਭਰਾ ਆਪਾਂ ਨੂੰ ਫੋਨ ਕਰਕੇ ਆਉਂਦਾ ਤੇ ਸਾਰਿਆਂ ਦੇ ਵਿੱਚੋਂ ਮਾਨਤਾਨ ਹੋਊਗਾ? ਹਾਂਜੀ, ਮਾਨਤਾਨ ਹੋਊ, ਪਰ ਵਾਧਾ ਜ਼ਿਆਦਾ ਨਾ ਹੋਵੇ ਜੀ, ਯਾਨੀ ਵੀ ਕੋਈ। ਚਲੋ ਉਹ ਤਾਂ ਤੁਹਾਡੇ ਤੇ ਆਪਣੇ ਜਿਹੜੇ ਭੈਣ ਭਰਾ ਖਰੀਦਣ ਵਾਲੇ ਉਹਨਾਂ ਦੇ ਵਿੱਚ ਤਾਲਮੇਲ ਆ, ਜਿੱਥੋਂ ਵੀ ਤੱਕ ਹੋ ਸਕਿਆ ਜ਼ਰੂਰ ਕਰਾਂਗੇ, ਮਾਨਤਾਨ ਜ਼ਰੂਰ ਕਰਾਂਗੇ। ਠੀਕ ਆ, ਇਸ ਤੋਂ ਬਾਅਦ ਵੀਰ ਜੀ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਆ, ਇਹ ਕੱਲ ਸੂਈ ਆ ਜੀ ਮੇਰੀ। ਠੀਕ, ਇਹ ਕੱਲ ਸੂਈ ਆ? ਬੱਚਾ ਨੀਚੇ ਕੀ ਆ ਗਿਆ ਜੀ? ਇਹਦੇ ਕੱਟਾ ਜੀ ਵੀਰ ਜੀ, ਕੱਟਾ ਆ ਗਿਆ। ਕੱਟਾ ਬਹੁਤ ਸੋਹਣੀ ਮਾਰਕਿੰਗ ਵਿੱਚ ਹੈ ਨਾ? ਹਾਂਜੀ, ਨੀਲੀ ਦਾ ਆਉਂਦਾ 70% ਨੀਲੀ ਚ ਹੈਗਾ ਜੀ। ਹਾਂ ਨਹੀਂ, ਨੀਲੀ ਦੇ ਵਿੱਚ ਆ ਜਾਂਦਾ ਸੋਹਣਾ ਕੱਟਾ, ਤੇ ਬੱਚੇ ਦੇ ਬਿਲਕੁਲ ਜਿਹੜਾ ਦੋਸਤੋ ਨਾੜੂ ਨਾਲ ਆ। ਤੇ ਕੱਲ ਤਾਂ ਕੱਲ ਦੀ ਸੂਈ ਹੈ ਨਾ? ਹਾਂਜੀ, ਜੇਰ ਦੀ ਮੇਰੇ ਤੋਂ ਵੀਡੀਓ ਹੈਗੀ ਵੀਰ ਜੀ, ਕੱਲ ਦੀ ਜੇਰ ਪ੍ਰੋਪਰ ਪੈ ਗਈ ਸੀ ਨਾ? ਮੈਂ ਨਾ ਪੂਰੀ ਪੈ ਗਈ ਵੀਰ ਜੀ, ਭਾਵੇਂ ਤੁਹਾਨੂੰ ਹੁਣੇ ਵਿਖਾ ਨਾ, ਵੀਡੀਓ ਚੱਲਦੀ ਦੇ ਵਿੱਚ ਭਾਵੇਂ। ਓਕੇ, ਵਿਖਾ ਦਿਓ ਜੀ। ਹਾਂਜੀ ਵੀਰ ਜੀ, ਜੇਰ ਵਾਲੀ ਦੋਸਤੋ ਪ੍ਰੋਪਰ ਪੈ ਗਈ ਸੀ, ਕੱਲ ਰੋਜ਼ ਦੀ ਸੂਈ ਆ, ਅੱਜ ਸੈਕਿੰਡ ਦਿਨ ਆ, ਦੂਜਾ ਦਿਨ ਅੱਜ ਸੂਈ ਨੂੰ। ਅਤੇ ਮੂੰਹ ਮੱਥਾ ਵੇਖ ਸਕਦੇ ਹੋ, ਫੇਸ ਦੀ ਕੁਆਲਿਟੀ ਵੇਖ ਲਓ, ਚੰਗੀ ਸੋਹਣੀ ਮੱਝ ਆ, ਅਤੇ ਨੀਚੇ ਬੱਚਾ ਜਿਹੜਾ ਹੈਗਾ ਉਹ ਵੀ ਬਹੁਤ ਵਧੀਆ, ਠੀਕ ਹੈ। ਜੇਰ ਪਈ ਹੈ ਪ੍ਰੋਪਰ, ਤੁਸੀਂ ਬੇਸ਼ੱਕ ਜਿਹੜੀ ਵੀਡੀਓ ਵੀਰ ਦੇ ਕੋਲ ਪਈ ਆ, ਠੀਕ ਹੈ ਜੀ, ਪਰੂਫ ਵੱਲੋਂ ਤੁਸੀਂ ਜ਼ਰੂਰ ਆਪ ਵੀ ਮੰਗਾ ਸਕਦੇ ਹੋ, ਜਿਸ ਕਿਸੇ ਵੀਰ ਨੇ ਵੀ ਖਰੀਦਣੀ ਆ ਨੀਲੀ ਰਾਵੀ ਦੇ ਕੱਟੇ ਵਾਲੀ ਜਿਹੜੀ ਇਹ ਮਦਰ ਹੈਗੀ ਆ। ਅੱਛਾ, ਅਤੇ ਸੂਆ ਵੀਰ ਕਿਨਵਾਂ ਸੂਈ ਆ? ਇਹ ਤੀਜਾ ਸੂਆ ਸੂਈ ਵੀਰ ਜੀ, ਤੀਜਾ ਸੂਆ। ਹਾਂਜੀ ਵੀਰ ਜੀ, ਅਤੇ ਬਾਕੀ ਹੁਣ ਧਾਰਤੂਰ ਥਾਣਾ ਦੀ ਚੋਣ ਚਾਣ ਬਿਲਕੁਲ ਐਂ ਪੱਕੀ ਜੇ? ਹਾਂਜੀ, ਇਹ ਗੱਲ ਦੀ ਜ਼ਿੰਮੇਵਾਰੀ ਕੋਈ ਭੂਰ ਨਾ ਛੱਟਾ ਮਾਰ ਦਿਓ, ਕੋਈ ਗੱਲ ਨਹੀਂ।
ਠੀਕ ਹੈ ਜੀ। ਹਾਂਜੀ ਵੀਰ ਜੀ, ਠੀਕ, ਬਿਲਕੁਲ ਨਿੱਗਰ ਮੱਝ ਹੈ ਨਾ? ਹਾਂਜੀ ਹਾਂਜੀ ਬਿਲਕੁਲ, ਠੀਕ ਹੈ। ਥੋੜੀ ਜੀ ਕੱਲ ਦੀ ਸੂਈ ਕਰਕੇ ਠੱਪ ਠੁੱਪ ਜੀ ਹੋਈ ਆ, ਪਸ਼ੂ ਤਾਜ਼ਾ, ਫਿਰ ਇੱਕ ਦੋ ਦਿਨ ਮੇਨਟੇਨ ਕਰਨ ਚ ਲੱਗ ਜਾਂਦੇ ਆ। ਹਾਂਜੀ ਹਾਂਜੀ ਵੀਰ ਜੀ, ਠੀਕ ਹੈ ਜੀ। ਆ ਜਿਹੜੀ ਆ ਥਣਾਂ ਦੀ ਕੁਆਲਿਟੀ ਦੇਖੋ ਦੋਸਤੋ, ਬਿਲਕੁਲ ਚੰਗਾ ਸੋਹਣਾ ਮੁੱਠੀ ਦਾ ਥਣ ਤੇ ਚੰਗਾ ਜਿਹੜਾ ਥਣ ਲੱਗਾ ਹੈਗਾ ਦੋਸਤੋ। ਤੇ ਹਵਾਨੇ ਦੀ ਬਣਤਰ ਸੋਹਣੀ ਆ, ਵੇਣ ਵੂਣ ਜਿਹੜੀ ਹੈਗੀ ਬਿਲਕੁਲ ਰੱਸੇ ਵਰਗੀ ਮੋਟੀ ਵੇਣ, ਤਕਰੀਬਨ ਜਿਹੜੇ ਪਸ਼ੂ ਦੁੱਧ ਵਾਲੇ ਦੀ ਨਿਸ਼ਾਨੀ ਹੁੰਦੀ ਆ, ਚੰਗਾ ਸੋਹਣਾ ਦੁੱਧ ਚਵਾ ਦਿੰਦੇ ਇਹੋ ਜਿਹੇ ਪਸ਼ੂ। ਅੱਛਾ ਤੇ ਵੀਰ ਜੋ ਆਪਣੇ ਇਹਦਾ ਮੁੱਲ ਵੀ ਨਾਲ ਜ਼ਰੂਰ ਦੱਸ ਦਈਏ ਜੀ। ਇਹਦਾ 72,000 ਹੈ ਜੀ, ਠੀਕ ਆ ਵੀ ਦਿਖਾਈਏ ਵੀਰ। 72,000 ਜਿਹੜਾ ਦੋਸਤੋ ਹੈਗਾ। ਤੇ ਮੱਝਾਂ ਓਵਰਆਲ ਜਿੰਨੀਆਂ ਵੀ ਆਪਾਂ ਤੁਹਾਨੂੰ ਦੋਸਤੋ ਦਿਖਾ ਰਹੇ ਹਾਂ, ਕੋਈ ਇੱਕ ਦਿਨ ਦੀ, ਕੋਈ ਦੋ ਦਿਨ ਦੀ, ਕੋਈ ਤਿੰਨ ਦਿਨ ਦੀ, ਇੱਥੋਂ ਕੁ ਤੱਕ ਦਾ ਸੂਆ ਹੈਗਾ, ਠੀਕ ਆ ਜੀ। ਤੇ ਨੋਰਮਲੀ ਜਿਹੜੀਆਂ ਮੱਝਾਂ ਆਪਾਂ ਅੱਜ ਕੱਲ੍ਹ ਜੇਕਰ ਆਪਾਂ ਖਰੀਦਣੀਆਂ ਤੇ ਲੱਭਣ ਤੁਰ ਪਈਏ ਤਾਂ ਜ਼ਿਆਦਾਤਰ ਗੱਭਣ ਮੱਝਾਂ ਆਪਾਂ ਨੂੰ ਕਿਤੇ ਨਾ ਕਿਤੇ ਮਿਲਦੀਆਂ ਪਈਆਂ ਨੇ। ਤੇ ਸੂਈ ਸੋਈ ਮੱਝ ਦੀ ਜਿਹੜੀ ਆ ਦੋਸਤੋ, ਇੱਕ ਤਾਂ ਤਸੱਲੀ ਹੋ ਜਾਂਦੀ ਆ, ਤੁਸੀਂ ਦੋ ਟਾਈਮ ਇੱਕ ਟਾਈਮ ਜਿਹੜੀ ਚਵਾਈ ਕਰਕੇ, ਠੀਕ ਹੈ ਜੀ, ਕਰ ਲੈਂਦੇ। ਤੇ ਆਹ ਕਰੋ ਚੈੱਕ ਜੀ, ਹਵਾਨੇ ਵਾਲੇ ਪਾਸਿਓਂ ਦੇਖੋ, ਬੈਕ ਸਾਈਡ ਤੋਂ ਬਿਲਕੁਲ ਪੱਧਰ ਜਿਹੜਾ ਥਣ ਦੇਵਾ ਹੈ। ਤੇ ਅੱਛਾ ਠੀਕ ਵੀਰ ਜੀ, ਫਿਰ ਕਨਫਰਮ ਕਰਾਇਓ ਮੁੱਲ ਕਿੰਨਾ ਸੀ? 11-12 ਲੀਟਰ ਮੈਂ ਠੰਡਾ ਦੁੱਧ ਦਊਗੀ ਵੀਰ ਜੀ। ਠੀਕ ਹੈ ਜੀ। ਹਾਂਜੀ ਵੀਰ ਜੀ, ਇਹਦਾ ਮੁੱਲ 72,000 ਰੁਪਇਆ ਵੀਰ ਜੀ। 72,000? ਹਾਂਜੀ ਵੀਰ ਜੀ, ਠੀਕ ਆ। 72,000 ਮੁੱਲ ਆ ਵੀਰਾਂ ਦਾ ਵੀ ਜਿਹੜਾ ਦੋਸਤੋ, ਬਿਲਕੁਲ ਜਿਹੜਾ ਮਿਲਕ ਆ ਇਸੇ ਥੱਲੇ, ਤੁਸੀਂ ਸੇਵਾ ਤੁਹਾਡੀ ਆ, ਬਾਕੀ 12 ਲੀਟਰ ਦੀ ਜਿਹੜੀ ਮਿਲਕਿੰਗ ਆ ਇਸ ਝੋਟੀ ਜਾਂ ਕਰਵਾ ਦੇਣੀ ਆ, ਵੇਖੋ। ਹਾਂਜੀ ਵੀਰ ਜੀ, ਠੀਕ ਆ, ਓਵਰਆਲ ਵਧੀਆ ਹੈਗੀ ਆ ਦੋਸਤੋ, ਇਹ ਵੀ ਤੁਸੀਂ ਖਰੀਦ ਸਕਦੇ ਜੀ, ਠੀਕ ਹੈ ਜੀ। ਘਰੇਲੂ ਵੀਰ ਕਿਸੇ ਨੇ ਵੀ ਅੱਗੇ ਦੁੱਧ ਵਾਲ ਲਈ ਬਿਲਕੁਲ ਅੱਗੇ ਡੇਅਰੀ 'ਤੇ ਜੇਕਰ ਤੁਸੀਂ ਸਿਲਸਿਲੇ ਵਿੱਚ ਪਸ਼ੂ ਖਰੀਦਣਾ ਤਾਂ ਇਹ ਖਰੀਦ ਸਕਦੇ ਜੀ। ਇਸ ਤੋਂ ਬਾਅਦ ਅੱਗੇ ਦੋ ਨਗ ਜਿਹੜੇ ਹੈਗੇ ਵੀਰ, ਟੁੱਕੀਆਂ ਨੇ, ਹੈ ਨਾ? ਹਾਂਜੀ ਵੀਰ ਜੀ, ਇਹ ਗੱਬਣਾ, ਇਹ ਗੱਬਣਾ। ਹਾਂਜੀ ਵੀਰ, ਬਿਲਕੁਲ। ਅਤੇ ਦਿਨ ਹਜੇ ਵੀਰ ਆ ਪਹਿਲੀ ਦੀ ਗੱਲ ਕਰ ਲਈਏ ਆਪਣੀ। ਹਾਂਜੀ, ਇਹ ਮੱਝ ਦੀ ਕੀ ਡਿਟੇਲ ਆ ਜੀ, ਕਿੰਨੇ ਕੁ ਦਿਨ ਲੈ ਕੇ ਜਾਣ ਦੀ ਸੰਭਾਵਨਾ? ਇਹ 2-4 ਦਿਨ ਲੈ ਜੂ ਵੀਰ ਜੀ ਹੁਣ। 2-4 ਦਿਨ? ਸੂਆ ਕਿੰਨਵਾਂ ਸੁਣ ਜਾ ਰਹੀ ਹੈ? ਇਹ ਤੀਜਾ ਸੂਆ ਸੁਣ ਜਾ ਰਹੀ ਹੈ। ਤੀਜਾ ਸੂਆ? ਹਾਂਜੀ। ਪਿੱਠ ਪੁੱਠੇ ਦਾ ਦੋਸਤੋ ਬਹੁਤ ਘੱਟ ਮੱਝਾਂ ਦਾ ਜਿਹੜਾ ਦੋਸਤੋ ਇਹੋ ਜਿਹਾ ਪਿੱਠ ਪੁੱਠਾ ਵੇਖਿਆ ਹੋਵੇਗਾ। ਚੌੜਾਈ ਜਿਹੜੀ ਆ ਦੋਸਤੋ, ਤਕਰੀਬਨ ਤੁਸੀਂ ਵੇਖੋਗੇ ਤਾਂ ਵੇਖੋ ਮੀਟਰਾਂ 'ਤੇ ਮੀਟਰ, ਅਤੇ ਥੱਬਿਆਂ 'ਤੇ ਥੱਬੇ ਪਿੱਛੋਂ ਚੌੜਾਈ ਹੈ ਪਿੱਠ ਪੁੱਠੇ ਦੀ। ਅਤੇ ਆਹ ਵੇਖੋ ਜੀ ਹਵਾਨਾ, ਹਜੇ ਤਕਰੀਬਨ ਹਵਾਨਾ ਬਣਾਊਗੀ ਜੇ ਹਿਸਾਬ ਨਾਲ ਦਿਨ ਪਏ, ਹੋ ਸਕਦਾ ਆਪਾਂ 5 ਦਿਨ ਹੀ ਲੈ ਜੇ। ਹਾਂਜੀ ਵੀਰ, ਠੀਕ ਆ। ਸੋ ਦੋਸਤੋ ਹਫ਼ਤਾ ਵੀ ਲੈ ਕੇ ਜਾ ਸਕਦੀ ਹੈ, 5 ਦਿਨ ਵੀਰਾਂ ਦਾ ਵੀ ਲੈ ਕੇ ਚਲੀ ਜਾਵੇ ਤਾਂ ਫਿਰ ਤਾਂ ਹਵਾਨੇ ਵਾਲੀਆਂ ਜਿਹੜੀਆਂ ਕਮਾਲਾਂ ਕਰ ਦੂਗੀ। ਤੇ ਸੂਆ ਤੀਜਾ ਸੁਣਾ ਨਾ ਜੀ? ਹਾਂਜੀ ਵੀਰ ਜੀ, ਹਾਂਜੀ, ਹਾਂ ਬਾਕੀ ਤਿੱਪਣ ਤੁੱਪਣ ਬੜੀ ਮਿਲ ਕੇ ਆਇਆ, ਓਕੇ ਆਉਂਦੀ ਵੀਰ ਜੀ। ਆ ਕਰੋ ਚੱਕ ਜੀ, ਠੀਕ ਆ, ਆਹ ਫੇਸ ਦੀ ਕੁਆਲਿਟੀ ਆ। ਤੇ ਆਹ ਥਣ ਹਵਾਨਾ ਦੇਖੋ ਜੀ, ਠੀਕ ਆ, ਤਿੱਪਣ ਬੜੀ ਜ਼ਿਆਦਾ ਆਉਂਦੀ ਵੀਰ ਜੀ, ਬਾਕੀ ਆ, ਠੀਕ ਆ ਜੀ। ਦਿਨ ਹਜੇ ਲੈ ਜੂਗੀ ਦੋਸਤੋ, ਕਿਉਂਕਿ ਹਵਾਨਾ ਬਿਲਕੁਲ ਬਣਾ ਕੇ ਫਿਰ ਤਿਆਰ ਕਰਕੇ ਫਿਰ ਐਨੀਮਲ ਨੇ ਸੁਣਾ ਹੁੰਦਾ। ਅਤੇ ਜਿਹੋ ਜਿਹੀ ਚੜਾਈ ਹੈਗੀ ਹੈ ਪਿੱਠ ਪੁੱਠੇ ਦੀ, ਅਤੇ ਹਵਾਨਾ ਜਿਹੜਾ ਦੋਸਤੋ ਸੋਹਣਾ ਆਕਰਸ਼ਕ ਬਣਾ ਕੇ ਤਿਆਰ ਕਰੇਗੀ। ਇਹਨੂੰ ਆਪਾਂ ਖੋਲ੍ਹ ਕੇ ਚੰਗੀ ਤਸੱਲੀ ਨਾਲ ਤੁਹਾਨੂੰ ਬਾਹਰ ਦਿਖਾਉਣੇ ਆ, ਅਤੇ ਬਾਅਦ ਵਿੱਚ ਰੇਟ ਜਿਹੜਾ ਭਾਅ ਪੜਤਾ ਉਹ ਵੀ ਵੀਰ ਤੋਂ ਆਪਾਂ ਪੁੱਛਾਂਗੇ, ਚੰਗਾ ਜੀ ਕੀ ਹੈਗਾ। ਲਓ ਜੀ ਕਰੋ ਵੇਖ ਕੇ ਚੈੱਕ ਦੋਸਤੋ, ਅਤੇ ਕੱਦਕਾਠੀ ਵੀ ਜਿਹੜਾ ਦੋਸਤੋ ਵਧੀਆ ਚੰਗਾ ਕੱਦਕਾਠਾ, ਠੀਕ ਆ, ਅਤੇ ਭਾਰੀ ਵਜਨ ਵਾਲੀ ਬਿਲਕੁਲ ਇਹ ਵੀ ਮੱਝ ਹੈਗੀ ਆ, ਅਤੇ ਤੀਜਾ ਸੂਆ ਸੁਣਾ ਇਸਨੇ, ਠੀਕ ਆ।
ਅਤੇ ਲੇਵੇ ਲੂਵੇ ਤਾਂ ਬਿਨਾਂ ਥਾਣਾ ਜਿਹੜਾ ਅੱਜ ਦੇ ਸਮੇਂ ਆ ਤੁਸੀਂ ਬੇਸ਼ੱਕ ਧਿਆਨ ਦੇ ਨਾਲ ਦੇਖ ਲਓ। ਅਤੇ ਦਿਨ ਹਜੇ ਤਕਰੀਬਨ 5-4 ਦਿਨ ਜਿਹੜਾ ਦੋਸਤੋ ਨੋਰਮਲ ਇਸ ਨੇ ਲੈ ਜਾਣਾ। ਬਾਕੀ ਵੀ 13-14 ਲੀਟਰ ਮਾਨ ਦੁੱਧ ਮੈਂ ਦਊਗੀ। ਠੀਕ ਹੈ ਜੀ। ਠੀਕ ਆ। ਮੱਝਾਂ ਜਿਹੜੀਆਂ ਦੋਸਤੋ ਤਕਰੀਬਨ ਬਹੁਤ ਆ ਵੀਰ ਦੇ ਕੋਲ, 8-7 ਨਗ ਨੇ। 8-7 ਨਗਾਂ ਦੇ ਵਿੱਚੋਂ ਤਕਰੀਬਨ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਆ ਉਹ ਤੁਸੀਂ ਖਰੀਦ ਸਕਦੇ ਹੋ। ਇਹਦਾ ਵੀਰ ਮੁੱਲ ਰਹੇਗਾ ਜੁਮਲੇ ਭਾਈ ਕਿੰਨਾ ਸੀਗਾ? ਇਹਦਾ ਵੀਰ ਜੀ 83,000 ਰੁਪਏ ਰੇਟ ਜੀ। 83,000? ਹਾਂਜੀ ਵੀਰ ਜੀ। ਠੀਕ ਆ। ਮੱਝ ਵੀ ਕਿਸੇ ਪਾਸੇ ਖੁਸ਼ੀ ਨਹੀਂ ਗੀ? ਹਾਂਜੀ। ਨਹੀਂ ਨਹੀਂ ਵੀਰ ਜੀ, ਬਾਕੀ ਜੇ ਲੈਣ ਜਾਈਏ ਪਤਾ ਉਦੋਂ ਲੱਗਦਾ। ਰੇਟ ਭਾਅ ਵੀ ਬਾਈ ਅੱਗੋਂ ਮਿਲਣ ਦੀ ਸੰਭਾਵਨਾ ਵੀ ਬਹੁਤ ਉੱਚੀ ਹੁੰਦੀ ਹੈ, ਉੱਚੇ ਮਿਲਦੇ ਪਸ਼ੂ ਜੀ। ਠੀਕ ਆ। 83,000 ਹੈ ਨਾ ਜੀ? ਠੀਕ ਆ। 83,000 ਵਾਲਾ ਦੋਸਤੋ ਇਸ ਗੱਬਣ ਦਾ ਮੁੱਲ ਆ। ਠੀਕ ਆ। ਅਤੇ ਬਾਕੀ ਤੁਸੀਂ ਆਪਦੀ ਸੋਚ ਹਿਸਾਬ ਨਾਲ ਵੀ ਮੁੱਲ ਲਗਾ ਸਕਦੇ ਹੋ, ਬਟ ਜਿਹੜਾ ਕੋਈ ਬਿਲਕੁਲ ਮੇਲ ਜੋਲ ਖਾਂਦਾ ਹੋਵੇਗਾ ਵੀਰ ਜਿਹੜਾ ਜੋਬਨ ਤੁਹਾਡੇ ਨਾਲ ਜਿਹੜਾ ਸੌਦਾ ਕਰ ਲੂਗਾ, ਤਿਆਰੀ ਦੇ ਵਿੱਚ ਆ ਕਿ 5-4 ਦਿਨ ਅੱਗੇ ਲੈ ਕੇ ਜਾਊਗੀ। ਹੋਰ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ 'ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ, ਪਹਿਲਾਂ ਝੋਟੀ ਸੋਹਣੀ ਆ ਤਕਰੀਬਨ ਦੇ ਵਿੱਚ, ਬਹੁਤ ਸੋਹਣੀ ਪਤਲਾ ਜਿਹਾ ਜਿਹੜਾ ਫੇਸ ਦੀ ਕੁਆਲਿਟੀ ਆ, ਸਿੰਗੀ ਸੁੰਗੀ ਬਹੁਤ ਪਿਆਰੀ ਆ। ਹਾਂ, ਉਹ ਕਹਿੰਦੇ ਨਾ ਵੀ ਇੱਕ ਬਿਲਕੁਲ ਰਿੰਗ ਸਿੰਗ ਆ ਦੋਸਤੋ। ਠੀਕ ਆ ਜੀ। ਰੁਪਈਆ ਵੀ ਜਿਹੜਾ ਹੈਗਾ ਉਹ ਨਹੀਂ ਨਿਕਲਦਾ ਹੈਗਾ ਵਿੱਚੋਂ ਦੀ। ਠੀਕ ਆ। ਅਤੇ ਝੋਟੀ ਬਹੁਤ ਪਿਆਰੀ ਆ ਤਕਰੀਬਨ। ਇੱਕ ਵਾਰੀ ਮੈਂ ਤੁਹਾਨੂੰ ਪੂਰਾ ਸਾਰੇ ਬੰਨੇ ਦਿਖਾ ਦਿੰਦਾ ਸਟਰਕਚਰ ਇਸ ਝੋਟੀ ਦਾ। ਪੁੱਠੇ ਪੱਠੇ ਦੀ ਬਹੁਤ ਉਚਾਈ ਸੋਹਣੀ ਹੈਗੀ ਆ। ਤੇ ਦਿਨ ਇਹ ਵੀ ਹਜੇ ਮੈਨੂੰ ਲੱਗਦਾ ਵੀ ਬਾਈ ਲੈ ਜੂਗੀ, ਇਹ ਦਿਨ ਵੀ ਜੀ 15 ਦਿਨ ਲੈ ਜੂਗੀ, ਘੱਟੋ ਘੱਟ 15 ਦਿਨ ਜੀ। ਠੀਕ ਆ। ਬਾਕੀ ਬਨ ਨਾਲੋਂ ਕਮਾਲਾ ਹੀ ਕਰ ਜੂਗੀ ਜੀ। ਬਿਲਕੁਲ। ਝੋਟੀ ਸੋਹਣੀ ਆ ਤੇ ਮੂੰਹ ਚਾਰ ਦਿੰਦਾ ਜੀ? ਹਾਂਜੀ, ਮੂੰਹ ਚਾਰ ਦਿੰਦਾ ਵੀ ਜੀ। ਠੀਕ ਆ। ਮੂੰਹ ਚੌਗੀ ਆ ਦੋਸਤੋ, ਜ਼ਰੂਰ ਤੁਸੀਂ ਨੋਟ ਕਰ ਲਈ ਜੀ, ਮੇਲੇ ਲਾ ਦੋ ਨੂੰ ਕੱਟੀ। ਨਹੀਂ ਕੋਈ ਸ਼ੱਕ ਨਹੀਂ ਵੀ ਝੋਟੀ ਹੈ ਵੀ ਚੰਗੀ ਹੈ ਬਾਈ। ਇਹੋ ਬਣੇ ਇਹਨੂੰ ਬਾਹਰ ਕੱਢ ਕੇ ਦਿਖਾਈਏ ਮਾੜਾ ਜਿਹਾ ਇੱਥੋਂ। ਝੋਟੀ ਚੰਗੀ ਆ ਦੋਸਤੋ, ਜਿਹੜੇ ਵੀਰ ਸ਼ੌਕੀਨ ਨੇ ਉਹ ਤੁਸੀਂ ਖਾਸ ਤੌਰ 'ਤੇ ਖਰੀਦ ਸਕਦੇ ਹੋ। ਝੋਟੀ ਅੱਗੇ ਵਾਧੇ ਵੰਡੀ ਵਾਲੀ ਆ ਕਿਉਂਕਿ ਪਹਿਲਾਂ ਝੋਟੀ ਅੱਗੇ ਸੁਣ ਜਾ ਰਹੀ ਹੈ। ਠੀਕ ਆ। ਲੇਫਟੀ ਹਵਾਨੇ ਦੀ ਜਿਹੜੀ ਕੁਆਲਿਟੀ ਆ, ਆਰਡਰ ਜਿਹੜਾ ਦੋਸਤੋ ਬਿਲਕੁਲ ਬਣਾਉਣਾ ਸ਼ੁਰੂ ਕਰ ਲਿਆ ਤਕਰੀਬਨ 2 ਹਫ਼ਤੇ ਜੇਕਰ ਲੈ ਜਾਂਦੀ ਹੈ ਝੋਟੀ, ਅਤੇ ਬਹੁਤ ਸੋਹਣੀ ਲੇਫਟੀ ਬਣਾ ਕੇ ਤਿਆਰ ਕਰ ਲੈਣੀ ਇਸ ਨੇ। ਬਾਕੀ ਕੱਦ ਕੁੱਦ ਵੇਖੋ ਵੀ ਜੀ, ਪੂਰਾ ਐਵੇਂ ਕੱਦ ਆ ਜੀ। ਹਾਂ ਨਹੀਂ, ਕੱਦ ਦੀ ਵੀ ਚੰਗੀ ਆ ਬਾਈ। ਹਾਂਜੀ, ਕੱਦ ਵੀ ਚੰਗੀ ਆ। ਅਤੇ ਬਾਕੀ ਅੱਗੇ ਝੋਟੀ ਹੋਰ ਸਾਂਭ ਗਈ ਤਾਂ ਹਜੇ ਇੰਨੇ ਝੋਟੀਆਂ ਵਧਣਾ ਹੈਗੇ, ਵੱਡੀ ਵੀ ਹੋਣਾ ਏਜ ਦੇ ਹਿਸਾਬ ਨਾਲ ਦੇਖੀਏ ਤਾਂ ਹਜੇ ਚੌਗੀ ਆ ਮੂੰਹ। ਹਾਂਜੀ ਵੀਰ ਜੀ। ਹਾਂ ਬਾਕੀ ਜਿਉਂ ਜਿਉਂ ਟਾਈਮ ਨੇੜੇ ਆਊਗਾ ਤਿਉਂ ਤਿਉਂ ਥਾਣ ਬਣੂਗੀ ਜੀ। ਬਿਲਕੁਲ ਬਿਲਕੁਲ ਜੀ। ਠੀਕ ਹੈ ਵੀਰ ਜੀ, ਤੁਰ ਗਏ। ਝੋਟੀ ਅਸਲ ਦੇ ਵਿੱਚ ਦੋਸਤੋ ਬਿਲਕੁਲ ਜਿਵੇਂ ਜਿਵੇਂ ਨੇੜੇ ਜਾਊਗੀ ਉਵੇਂ ਉਵੇਂ ਸਮਝ ਆਉਣੀ ਆ। ਠੀਕ ਆ। ਹਜੇ ਦਿਨ ਵੀਰ ਨੇ ਦੱਸਦੇ ਵੀ ਖੁੱਲ੍ਹੇ ਦਿਨ ਪਏ ਆ ਤਕਰੀਬਨ, ਹਜੇ 10-15 ਦਿਨ ਜਿਹੜਾ ਤੁਸੀਂ ਬੇਸ਼ੱਕ ਮੰਨ ਕੇ ਲੈ ਕੇ ਜਾ ਸਕਦੇ ਜੋ ਜੇ ਕਿਸੇ ਨੇ ਅੱਜ ਲੈ ਕੇ ਜਾਣੀ ਹੈ। ਠੀਕ ਆ। ਜੇਕਰ 2-4 ਦਿਨ ਹੋਰ ਲੇਟ ਹੋ ਜਾਂਦੇ ਆ ਤਾਂ ਉਹ ਵੀ ਆਪਾਂ ਪੁੱਛ ਲਾਂਗੇ ਵੀ ਕੀ ਕੀਮਤ ਭਾਅ ਕੀ ਬਾਜ਼ਾਰ ਰਹੇਗਾ ਵੀਰ। ਅੱਛਾ ਵੀਰ, ਕਿੰਨੀ ਕੁ ਡਿਮਾਂਡ ਅੱਜ ਹੈਗੀ ਜੀ? ਬਾਕੀ ਅੱਜ ਹੈਗੀ ਆ ਜੀ ਇਹਦੀ 80,000 ਰੁਪਇਆ ਡਿਮਾਂਡ ਜੀ। ਠੀਕ ਹੈ। ਹਾਂਜੀ, ਬਾਕੀ ਜਦੋਂ ਜਿਉਂ ਸੂਬੀ ਤਦੋਂ ਰੇਟ ਵਧਣਾ ਵੀ ਜੀ ਇਹਦਾ। ਅੱਛਾ ਜੀ। ਹਾਂਜੀ ਵੀਰ, ਹੁਣ ਅੱਜ 80,000 ਡਿਮਾਂਡ ਆ। ਹਾਂਜੀ ਵੀਰ। ਅਤੇ ਲੈ ਦੇ ਬਾਈ ਖੁੱਲ੍ਹਾ ਕਿੰਨਾ ਕਿੱਥੋਂ ਤੱਕ ਜਿਹੜਾ ਵੀ ਛੱਡ ਹੀ ਦੇਣੀ ਹੈ ਵੀ
ਹੁਣ ਮੇਰੇ ਕਹਿਣ ਤੇ ਵੀ ਇੱਥੋਂ ਤੱਕ ਆਪਾਂ ਛੱਡ ਦੇਣੀ ਹੈ ਜੇ ਅੱਜ ਕੋਈ ਮਾਨਤਾ ਨਹੀਂ ਹੈ ਵੀਰ ਜੀ, ਬਾਕੀ ਜ਼ਿਆਦਾ ਨਹੀਂ ਕੋ ਹੈਗਾ। ਠੀਕ ਹੈ ਹਾਂਜੀ, ਇਹ ਨਾ ਕੋ ਆ ਕੇ ਵੀ ਮੈਨੂੰ 75 ਦੀ ਮਿਲ ਜਾਵੇ ਜੀ, ਉਹ ਨਹੀਂ ਹੈਗਾ ਵੀਰ ਜੀ ਇੱਦਾਂ। ਜੀ ਜੀ ਹਾਂਜੀ ਵੀਰ ਜੀ। ਸੋ ਦੋਸਤੋ 80,000 ਇਸ ਝੋਟੀ ਦੀ ਡਿਮਾਂਡ ਆ। ਠੀਕ ਹੈ ਜੀ, ਬਾਕੀ ਤੁਸੀਂ ਆਣ ਕੇ ਇੱਥੇ ਵੇਖ ਲੈਣਾ ਵੀ ਝੋਟੀ ਲੱਗਦੀ ਪੂਰੀ ਫੱਬਦੀ ਪੂਰੀ ਹੈਗੀ ਆ। ਜਿਉਂ ਜਿਉਂ ਕਹਿ ਦਿੱਤਾ ਨਾ ਵੀ ਜਿਵੇਂ ਦਿਨ ਦਿਨ ਨੇੜੇ ਆਉਣਗੇ, ਹਜੇ 15-14 ਦਿਨ ਬਾਕੀ ਆ, ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਜੀ, ਜਿਵੇਂ ਭਾਵੇਂ 400 ਵਿੱਚ ਹੋ ਗਏ ਫਿਰ ਵੀ ਵਾਧੇ ਵਾਧੇ ਦੀ ਹੈ ਵੀਰ ਜੀ। ਬਿਲਕੁਲ, ਇਹਦੇ ਵਿੱਚ ਕੋਈ 1 ਰੁਪਈਆ ਘਾਟਾ ਨਹੀਂ ਪਊਗਾ ਵੀਰ ਜੀ। ਬਿਲਕੁਲ ਬਿਲਕੁਲ ਨਹੀਂ, ਓਵਰਆਲ ਸੋਹਣੇ ਪਸ਼ੂ ਆ ਤੇ ਬਾਕੀ ਪਸੰਦ ਵੀਰੋ ਤੁਹਾਡੀ ਆ। ਠੀਕ ਆ, ਡਿਸਾਈਡ ਤੁਸੀਂ ਕਰਨਾ ਤੇ ਆ ਜਾਓ ਦਿਖਾਈਏ ਜੀ ਉਹ ਵੀ। ਸੋ ਦੋਸਤੋ ਲਾਸਟ ਐਂਡ ਫਾਈਨਲ ਤੇ ਇੱਕ ਜਿਹੜੀ ਆ ਤੁਹਾਨੂੰ ਆਪਾਂ ਝੋਟੀ ਦਿਖਾਉਣੀ ਆ, ਦੂਜਣ ਝੋਟੀ ਆ, ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲੈਂਦੇ ਹਾਂ। ਸੋ ਵੀਰ ਕੀ ਜੋਬਨੇ ਦੀ ਬਈ ਡਿਟੇਲ ਹੈਗੀ ਅੱਜ? ਇਹ ਡਿਟੇਲ ਹੈਗੀ ਆ ਵੀਰ ਜੀ, 2 ਮਹੀਨੇ ਝੋਟੀ ਸੂਈ ਆ ਜੀ। ਹਾਂਜੀ, 8 ਕਿਲੋ ਦੁੱਧ ਦੇ ਹਲੇ ਨੈਟ ਪੱਕਾ ਹੈਗਾ ਜੀ ਵੀਰ ਜੀ। ਠੀਕ ਆ ਜੀ, ਦੋਵੇਂ ਟਾਈਮ ਮਿਲਦੀ, ਕੱਟੀ ਤੇ ਮਿਲਦੀ ਜੀ ਵੀਰ ਜੀ। ਮਗਰ ਬੱਚਾ ਕੱਟੀ ਆ ਜੀ। ਹਾਂਜੀ ਵੀਰ ਜੀ, ਠੀਕ ਆ ਵੀਰ ਜੀ। ਝੋਟੀ ਹੈ ਦੂਜਣ ਭਰਦੀ ਦੀ, ਪਹਿਲਣ ਆ ਜਾਂਦੀ ਆ ਤੇ ਕੂਲੀ ਸੂਈ ਝੋਟੀ। ਬਿਲਕੁਲ ਹਾਂਜੀ ਵੀਰ ਜੀ, ਅਜੇ 6 ਦੰਦ ਆ ਮੂੰਹ। ਤੇ ਹੁਣ ਥੱਲੇ ਦੁੱਧ ਕਿੰਨਾ ਸੀ ਆਪਾਂ ਚਵਾਉਣਾ? 8 ਕਿਲੋ ਪੱਕਾ ਵੀਰ ਜੀ ਹੈਗਾ ਦੁੱਧ ਜਿਹੜਾ ਚਵਾਉਣਾ ਆਪਾਂ। ਹਾਂਜੀ ਵੀਰ ਜੀ, ਹਾਂਜੀ, ਭਾਵੇਂ 2 ਟਾਈਮ ਚੋ ਭਾਵੇਂ 3 ਟਾਈਮ ਚੋ ਵੀਰ ਜੀ। ਠੀਕ ਆ, ਦੂਜਣ ਝੋਟੀ ਆ ਦੋਸਤੋ ਤੇ ਵੀਰਾਂ ਦਾ ਵੀ 2 ਕੁ ਮਹੀਨੇ ਦੇ ਨੇੜੇ ਸਮਾਂ ਹੋ ਗਿਆ, ਬੱਚਾ ਤੁਹਾਨੂੰ ਆਪਾਂ ਦਿਖਾ ਦੇਣਾ ਪ੍ਰੋਪਰ। ਠੀਕ ਆ ਜੀ, ਤੇ ਥਣ ਹਵਾਨੇ ਦੀ ਤਸੱਲੀ ਨਾਲ ਦਿਖਾ ਦੇਣੀ ਹੈ ਜਿਸ ਵੀ ਵੀਰ ਦੇ, ਕਿਉਂਕਿ ਬਹੁਤ ਵੀਰਾਂ ਸ਼ੌਕੀਨ ਵੀਰ ਹੁੰਦੇ ਆ ਵੀ ਤਕਰੀਬਨ ਜਿਹੜਾ ਅੱਗੇ ਪਸ਼ੂ ਆ ਉਹ ਅੱਧੇ ਰੇਟ ਦੇ ਜਿਹੜਾ ਲਾਗੇ ਤਾਂ ਅੱਗੇ ਲੈ ਕੇ ਅੱਗੇ ਪਸ਼ੂ ਗੱਬਣ ਤੋਂ ਬਾਅਦ ਜਿਹੜਾ ਅੱਗੇ ਤਾਜ਼ਾ ਵੇਚਣ ਦੀ ਹਰ ਇੱਕ ਵੀਰ ਦੀ ਇੱਛਾ ਹੁੰਦੀ ਆ। ਆਹ ਕੱਟੀ ਆ ਜਿਹੜੀ ਮਗਰ, ਠੀਕ ਆ ਜੀ ਵੀਰ, ਹੁਣ 2 ਮਹੀਨੇ ਦੀ ਕਹਿੰਦੇ ਆ, ਬਾਕੀ ਤੁਹਾਡੀ ਨਿਰਖ ਪਰਖਾ, ਤੁਹਾਡੀ ਸੋਚ ਸਮਝਾ, ਤੁਸੀਂ 2.5 ਮੰਨ ਲਓ, ਤੁਸੀਂ 1.5 ਮੰਨ ਲਓ, ਠੀਕ ਹੈ ਜੀ। ਬਾਕੀ 2 ਕੁ ਮਹੀਨੇ ਦੇ ਨੇੜੇ ਤੇੜੇ ਕਰੈਕਟ ਸਮਾਂ ਵੀਰਾਂ ਦਾ ਵੀ ਹੋਇਆ ਇਹਨੂੰ ਸੂਈ ਨੂੰ। ਅਤੇ 8 ਲੀਟਰ ਜਿਹੜਾ 8 ਕਿਲੋ ਜਿਹੜਾ ਦੋਸਤੋ ਬਿਲਕੁਲ ਜਿਹੜਾ ਦੁੱਧ ਰੈਡੀ ਆ। ਠੀਕ ਆ, ਥਾਣ ਤੁਹਾਨੂੰ ਬਿਲਕੁਲ ਜਿਹੜਾ ਤੁਸੀਂ ਵੇਖ ਕੇ ਚੈੱਕ ਕਰੋ, ਸੋਹਣਾ ਬਿਲਕੁਲ ਗੁਲਾਈ ਵਾਲਾ ਜਿਹੜਾ ਥਾਣ ਆ ਅਤੇ ਐਨ ਬਿਲਕੁਲ ਮੁੱਠੀ ਵਾਲਾ ਥਾਣ ਆ। ਤੇ ਚਵਾਈ ਫਿਰ ਵੀਰ ਬੱਚੇ ਤੇ, ਬੱਚਾ ਛੱਡਣਾ ਪੈਂਦਾ ਥੱਲੇ ਨਾ? ਬੱਚੇ ਤੇ ਦੋਵੇਂ ਟਾਈਮ ਡਿੰਗ ਡਿੰਗ ਮਿਲਦੀ ਬੱਚੇ ਤੇ ਸ਼ਾਜੀ। ਠੀਕ ਆ, ਬੱਚੇ ਤੇ ਦੋਨੋਂ ਟਾਈਮ ਮਿਲਦੀ ਆ, ਬੱਚਾ ਨਾਲ ਹੈਗਾ ਬਿਲਕੁਲ ਤੰਦਰੁਸਤ ਬੱਚਾ ਨਾਲ। ਤੇ ਝੋਟੀ ਦੀ ਸਿੰਗੀ ਸੁੰਗੀ ਤੁਸੀਂ ਵੇਖ ਲਓ, ਠੀਕ ਆ ਜੀ, ਫੇਸ ਦੀ ਆਹ ਕੁਆਲਿਟੀ ਆ। ਇਹਨਾਂ ਕੁ ਵੀਰ ਫਿਰ ਇਹਦੀ ਰੇਂਜ ਕਿੰਨੀ ਕੁ ਮੁੱਲ ਕੀ ਆ? ਇਹ 55,000 ਦੀ ਵੀਰ ਜੀ ਦੇ ਦਿਆਂਗੇ। ਅੱਜ 55,000 ਦੀ, ਅੱਗੇ ਫਿਰ ਬਣੀ ਬੁਣੀ ਤੇ ਨਹੀਂ? ਨਹੀਂ ਵੀਰ ਜੀ, ਅਜੇ ਨਹੀਂ ਬਣੀ ਹੈ ਜੀ। ਬਣੀ ਨਹੀਂ ਹੈ? ਹਾਂਜੀ ਵੀਰ ਜੀ। ਕੋਈ ਹੀਟ ਹੂਟ ਆਪਣੇ ਕੋਲ ਹੀ ਆਈ ਸੀ? ਆਪਾਂ ਕੋਲ ਲੈ ਕੇ ਆਉਂਦੀ ਆ? ਨਹੀਂ ਆਪਣੇ ਕੋਲ ਹੀ ਆ। ਅੱਛਾ, ਕੀ ਹੀਟ ਆਏਗੀ ਜੀ, ਪਰ ਥੋੜਾ ਕੰਮ ਗਿਆ ਹੈ ਤਾਂ ਕਰਕੇ ਭਰਵਾਈ ਨਹੀਂ ਗਈ। ਅੱਛਾ, ਮਤਲਬ ਕ੍ਰੋਸ ਨਹੀਂ ਕਰਵਾਈ ਗਈ? ਹਾਂਜੀ ਹਾਂਜੀ ਵੀਰ ਜੀ, ਕੋਈ ਮਜ਼ਦੂਰੀ ਕੰਮ ਪੈ ਗਿਆ ਸੀ ਤਾਂ ਕਰਕੇ। ਠੀਕ ਆ ਠੀਕ ਆ। ਸੋ ਦੋਸਤੋ 55,000 ਹੈ ਨਾ ਨੈਟ? 55 ਹਾਂਜੀ, 55,000। 55,000 ਦੋਸਤੋ ਕੀਮਤ ਆ ਇਸ ਦੀ। ਠੀਕ ਆ ਜੀ, ਟੋਕੜ ਬੇਸ਼ੱਕ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ, ਅੱਗੇ ਗੱਬਣ ਨਹੀਂ ਹੈਗੀ ਕਿਉਂਕਿ ਹੀਟ ਆਈ ਸੀ ਵੀਰਾਂ ਦਾ ਵੀ ਕੋਈ ਕੰਮ ਘਰੇਲੂ ਹੋਣ ਕਰਕੇ ਜਿਹੜੀ ਆ ਲਵਾਈ ਨਹੀਂ ਅੱਗੇ ਗਈ, ਨਵੇਂ ਦੁੱਧ ਨਹੀਂ ਕਰਵਾਈ ਗਈ। ਸੋ 8 ਕਿਲੋ ਜਿਹੜਾ ਬਿਲਕੁਲ ਤੋਲਵਾਂ ਜੋਖਵਾਂ ਦੁੱਧ ਆ, ਆਪਦੀ ਤਸੱਲੀ ਲਈ ਤੁਸੀਂ ਪਿੰਡ ਬਲੇਅਰ ਦੇ ਵਿੱਚ ਵਿਜਿਟ ਕਰਨੀ ਆ। ਅਤੇ ਬਾਕੀ ਇੱਕ ਵੀਰ ਆਪਣੇ ਜਿਹੜੇ ਸੰਪਰਕ ਨੰਬਰ ਵੀ ਜ਼ਰੂਰ ਦੱਸ ਦਈਏ, 7559288015। ਠੀਕ ਆ ਜੀ, ਹਾਂਜੀ, ਇੱਕ ਹੀ ਨੰਬਰ ਫਿਲਹਾਲ ਸੀਗਾ ਜੀ? ਹਾਂਜੀ, ਇੱਕ ਹੀ ਨੰਬਰ। ਸੋ ਦੋਸਤੋ ਇਹਨਾਂ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ ਜਿਹੜੇ ਮੈਂ ਲਗਾਤਾਰ ਸਕਰੀਨ ਦੇ ਨੀਚੇ ਚੱਲਦੇ ਕਰ ਦੇਣੇ ਆ, ਅਤੇ ਬਾਈ ਜੋਬਨ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।